بسم اللہ الرحمن الرحیم ਤੇ ਅਸਲਾਮੁਅਲੈਕਮ ਅੱਜ ਦੇ ਪੰਜਾਬੀ ਵੀਲੌਗ ਚ ਸੱਜਣਾ ਮਿੱਤਰਾ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਨਾਲ ਮੈਂ ਚਾਰ ਪੰਜ ਗੱਲਾਂ ਸਾਂਝੀਆਂ ਕਰਦੀਆਂ ਨੇ ਪਰ ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਤੁਹਾਡੇ ਦਿਲ ਦੇ ਵੀ ਬੜੇ ਕਰੀਬ ਹੈ ਤੇ ਮੇਰੇ ਦਿਲ ਦੇ ਵੀ ਬੜੇ ਕਰੀਬ ਹੈ ਕਿਉਂ ਕਿ ਅਸੀਂ ਆਨੇ ਪੀਂਦੇ ਧੀਆਂ ਸਾਂਝੀਆਂ ਹੁੰਦੀਆਂ ਨੇ ਤੇ ਫਿਰ ਧੀਆਂ ਆਲਿਆਂ ਦਾ ਦੁੱਖ ਵੀ ਸਾਂਝਾ ਹੀ ਹੁੰਦਾ ਐਸ ਵੇਲੇ ਪਾਕਿਸਤਾਨ ਚ ਇੱਕ ਰਿਪੋਰਟ ਆਈ ਹੈ ਜਿਹੜੀ ਖ਼ਬਰਾਂ ਨੇ ਵੀ ਛਾਪੀ ਹੈ ਉਹ ਰਿਪੋਰਟ ਉਹ ਠੀਕ ਵੀ ਹੈ ਉਹਦੀ وجہ ਹੈ ਕਿ ਪਾਕਿਸਤਾਨ ਦਾ ਜਿਹੜਾ ਹੁਣ ਇਸ ਵੇਲੇ ਡਾਟਾ ਦਾ ਸਿਸਟਮ ਹੈ ਨਾ ਉਹ ਬੜਾ ਸਿੱਧਾ-ਸਿੱਧਾ ਹੈ ਮਤਲਬ ਕਿ ਹੁਣ ਉਹ ਨਾਦਰਾ ਦੇ ਸਿਸਟਮ ਦੀ ਵਜ੍ਹਾ ਤੋਂ ਹਰ ਚੀਜ਼ ਸਿੱਧੀ ਹੋ ਜਾਂਦੀ ਕੋਈ ਐਵੇਂ ਛੋਟੇ-ਮੋਟੀ ਗਲਤੀ ਹੋ ਸਕਦੀ ਹੈ ਲੇਕਿਨ ਓਵਰ ਆਲ ਉਹ ਡਾਟਾ ਬੜਾ ਐਕੂਰੇਟ ਹੈ ਉਹ ਡਾਟਾ ਇਹ ਦੱਸਦਾ ਹੈ ਕਿ ਪਾਕਿਸਤਾਨ 'ਚ ਇਸ ਵੇਲੇ 1 ਕਰੋੜ ਤੋਂ ਜ਼ਿਆਦਾ ਧੀਆਂ ਇਹੋ ਜੀਆਂ ਨੇ ਜਿਨ੍ਹਾਂ ਦੀ ਉਮਰ 35 ਸਾਲ ਤੋਂ ਉੱਤੇ ਹੋ ਗਈ ਤੇ ਉਹ ਸ਼ਾਦੀशुदा ਨਹੀਂ ਅੱਛਾ ਇਹ ਨਾ ਜੋ ਉਹਨਕੋ ਜਿਤ ਹੋਣਗੀਆਂ ਜਿਨ੍ਹਾਂ ਕੰਮ ਕਰਦੀਆਂ ਨੇ ਜਾਂ ਕੋਈ ਆਪਣੀ ਮਰਜ਼ੀ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦੀਆਂ ਬਿਲਕੁਲ ਉਹਨਾਂ ਦਾ ਹੱਕ ਹੈ ਪਰ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਵਿੱਚੋਂ ਉਹ ਕੋਈ 1% ਹੋਣਗੀਆਂ ਜਾਂ ਉਸ ਤੋਂ ਵੀ ਘੱਟ ਹੋਣਗੀਆਂ ਬਾਕੀ ਤੇ ਸਾਰੀਆਂ ਬੱਚੀਆਂ ਧੀਆਂ ਉਹਨਾਂ ਮਜਬੂਰ ਮਾਪਿਓਂ ਦੀਆਂ ਨੇ ਜਿਹੜੇ ਆਪਣੀਆਂ ਧੀਆਂ ਦੀਆਂ ਸ਼ਾਦੀਆਂ ਕਰਨਾ ਚਾਹੁੰਦੇ ਨੇ ਪਰ ਨਹੀਂ ਕਰ ਸਕੇ ਹੁਣ ਤੁਹਾਨੂੰ ਪਤਾ ਹੈ ਕਿ ਸਾਡੀ ਸੋਸਾਇਟੀ ਦੇ ਵਿੱਚ ਤੇ ਬੱਚੀ ਦੀ 25 ਸਾਲ ਦੇ ਅੱਗੇ ਪਿੱਛੇ ਸ਼ਾਦੀ ਹਾਲਾਂਕਿ ਮੈਂ ਤੇ ਇਸ ਗੱਲ ਦਾ ਖਵਾ ਆ ਕਿ ਬੱਚੀਆਂ ਨੂੰ ਘੱਟੋ ਘੱਟ تعلیم ਪੂਰੀ ਕਰਨ ਦੇਣੀ ਚਾਹੀਦੀ ਹੈ ਯੂਨੀਵਰਸਿਟੀ ਤੱਕ ਦੀ ਤੋਂ ਉਸ ਤੋਂ ਬਾਅਦ ਬਿਲਕੁਲ ਸ਼ਾਦੀ ਕਰੋ ਨਾ ਦੀ ਲੇਕਿਨ ਬਾਰਲ ਇੱਥੇ ਤੁਸੀਂ ਦੇਖੋ ਕਿ 35 ਸਾਲ ਤੋਂ ਇਹ 1 ਕਰੋੜ ਤੋਂ ਜ਼ਿਆਦਾ ਬੱਚੀਆਂ ਟੱਪ ਗਈਆਂ ਨੇ ਤੇ ਇਹਨਾਂ ਦੀ ਸ਼ਾਦੀ ਨਹੀਂ ਹੋਈ ਹੁਣ ਇਹਦੇ ਜੇ ਕੋਈ ਇੱਕ ਰੌਲਾ ਨਹੀਂ ਹੈ ਸਭ ਤੋਂ ਪਹਿਲਾ ਰੌਲਾ ਤੇ ਗੁਰਬਤ ਤੇ ਤੁਹਾਨੂੰ ਪਤਾ ਹੈ ਔਰ ਗੁਰਬਤ ਦੇ ਪਿੱਛੇ ਵੀ ਸਾਡੇ ਕਲਚਰ ਦਾ ਬੜਾ ਰੌਲਾ ਹੈ ਚੰਗੀ ਰੋਟੀ ਨਾ ਦਿਓ ਤੇ ਸਹੁਰੇ ਨਾਰਾਜ਼ ਤੇ ਫਿਰ ਰਿਵਾਜ ਪੰਜਾਬ ਦੇ ਇਹੋ ਜਿਹੇ ਨੇ ਕਿ ਜਦੋਂ ਉਹ ਵਰੀ ਬਣਾਉਣੀ ਹੈ ਤੇ ਪਤਾ ਨਹੀਂ ਕਿਹਦੇ ਕਿਹਦੇ ਜੋੜੇ ਬਣਾਉਣੇ ਨੇ ਵਿੱਚ ਸੱਸ ਨੂੰ ਜਿਹੜੀਆਂ ਟੂਬਾਂ ਵੀ ਪਾਉਣੀਆਂ ਨੇ ਤੇ ਨੰਦਾ ਨੂੰ ਵੀ ਇਹ ਦੇਣਾ ਤੇ ਦੁਰਾਣੀ ਨੂੰ ਇਹ ਦੇਣਾ ਤੇ ਜਠਾਣੀ ਨੂੰ ਇਹ ਦੇਣਾ ਤੇ ਮਾਸੀ ਨੂੰ ਇਹ ਦੇਣਾ ਤੇ ਫੁੱਫੀ ਨੂੰ ਇਹ ਦੇਣਾ ਤੇ ਜਿਹੜਾ ਦਾਜ ਹੈ ਜਿਹੇਜ਼ ਹੈ ਜਿਹੜਾ ਇੱਕ ਤੇ ਉਹਨੇ ਸਾਨੂੰ ਮਾਰ ਦਿੱਤਾ ਉਹਨੇ ਸਾਨੂੰ ਲੁੱਟ ਲਿਆ ਮੈਂ ਤੇ ਕਹਾਂਗਾ ਗਰੀਬਾਂ ਨੂੰ ਗਰੀਬਾਂ ਦੀਆਂ ਧੀਆਂ ਘਰ ਬੈਠੀਆਂ ਬੁੱਢੀਆਂ ਹੋ ਗਈਆਂ ਨੇ ਪਰ ਦਾਜ ਨਹੀਂ ਬਣ ਡਿਆ ਔਰ ਦਾਜ ਕਿਉਂ ਨਹੀਂ ਬਣ ਡਿਆ ਦਾਜ ਇਸ ਤੋਂ ਵੀ ਮਹਿੰਗਾਈ ਇੰਨੀ ਹੋ ਗਈ ਇੱਥੇ ਖਾਣ ਨੂੰ ਦੋ ਵਕਤ ਦੀ ਰੋਟੀ ਪੂਰੀ ਨਹੀਂ ਹੋਣ ਦੀ ਦੋ ਵੇਲੇ ਦੀ ਤੇ ਉਹ ਦਾਜ ਕਿੱਥੋਂ ਬਣਾਵੇ ਤੀਦਾ ਸੋਨਾ ਜਿਹੜਾ ਉਹਦੀ ਕੀਮਤ ਅਸਮਾਨ ਨੂੰ ਲੱਗ ਗਈ ਤੇ ਸੋਨੇ ਤੋਂ ਬਗੈਰ ਤੇ ਸਾਡੇ ਵਿਆਹ ਹੀ ਨਹੀਂ ਹੁੰਦਾ ਇੰਜ ਹੋ ਗਿਆ ਜਿਵੇਂ ਸੋਨਾ ਤੇ ਰੱਬ ਨੇ ਲਿਖ ਦਿੱਤਾ ਹੈ ਵੀ ਸੋਨੇ ਤੋਂ ਬਗੈਰ ਵਿਆਹ ਨਹੀਂ ਹੋਣਾ ਹਾਲਾਂਕਿ ਇਹੋ ਜੀ ਗੱਲ ਤੇ ਕੋਈ ਨਹੀਂ ਹੈ ਅਸੀਂ ਆਪਣਾ ਕਲਚਰ ਇਹੋ ਜਿਹਾ ਬਣਾ ਲਿਆ ਆਪਣੇ ਆਪ ਨੂੰ ਇੰਨਾ ਕਿ ਜਕੜ ਲਿਆ ਆਪਣੇ ਕਲਚਰ ਦੇ ਵਿੱਚ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਕਿ ਅਸੀਂ ਉਸ ਤੋਂ ਬਾਹਰ ਕਿੱਥੇ ਸੋਚਦੇ ਹੀ ਨਹੀਂ ਇਹ ਬਹੁਤ ਸਾਰੇ ਜਿਹੜਾ ਗੋਰਿਆਂ ਦਾ ਕਲਚਰ ਹੈ ਨਾ ਉਹਦੇ ਵਿੱਚ ਸੋਨੇ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ ਜ਼ਾਇਰੇ ਇੱਥੇ ਡਾਇਮੰਡ ਬੜਾ ਪਾਉਂਦੇ ਨੇ ਜਿਨ੍ਹਾਂ ਕੋਲ ਪੈਸੇ ਹੁੰਦੇ ਨੇ ਲੇਕਿਨ ਜਿਹੜੇ ਮਾੜੇ ਗੋਰੇ ਹੁੰਦੇ ਨੇ ਨਾ ਯਕੀਨ ਕਰੋ ਸਿਲਵਰ ਦੀਆਂ ਇੰਗੂਠੀਆਂ ਪਾ ਪੂ ਕੇ ਆਪਣਾ ਕੰਮ ਚਲਾ ਲੈਂਦੇ ਨੇ ਕੋਈ ਜ਼ੇਵਰ ਸ਼ੇਵਰ ਉੱਥੇ ਉਹਨਾਂ ਦੇ ਕੋਲ ਉਹ ਆਪਣਾ ਥੋੜੇ ਪੈਸੇ ਜੀ ਵਿਆਹ ਕਰਕੇ ਤੇ ਆਪਣਾ ਗਾਂ ਹੁੰਦੇ ਨੇ ਸਾਡੇ ਇੱਥੇ ਜਿਸ ਵੇਲੇ ਤੱਕ 5-700 ਬੰਦੇ ਨੂੰ ਰੋਟੀ ਟੁੱਕਰ ਨਾ ਖਵਾਉ ਤੇ ਉਹਨਾਂ ਜਨਾਬ 5-7 ਵੱਡੇ ਵੱਡੇ ਬੋਟ ਖਾਣੇ ਨੇ ਤੇ ਨਾਲ ਕੋ 5-7 ਰੋਟੀਆਂ ਤੇ ਢਿੱਡ ਤੇ ਹੱਥ ਫੇਰ ਕੇ ਆਖਣਾ ਵੀ ਚੋਰੀ ਲੂਣ ਘੱਟ ਸੀ ਇਹਦੇ ਵਿੱਚ ਇਹ ਨਹੀਂ ਸੋਚਣਾ ਵੀ ਉਸ ਧੀ ਦੇ ਪਿਓ ਨੇ ਇਹ ਪਤਾ ਨਹੀਂ ਕੋਈ ਮਾਲ ਡੰਗਰ ਵੇਚਿਆ ਕੋਈ ਕਰਜ਼ਾ ਲਿਆ ਕੋਈ ਹੋਰ ਸ਼ਹਿ ਵੇਚੀ ਹੈ ਪਤਾ ਨਹੀਂ ਕੰਜੋ ਨੇ ਕੁੰਜ ਕੰਜ ਕੇ ਆਪਣੇ ਆਪ ਨੂੰ ਪੂਰਾ ਕਰਕੇ ਤੇ ਵਿਆਹ ਕਰਨ ਡਿਆ ਲੇਕਿਨ ਅਸੀਂ ਐਡੇ ਬਿਸ਼ਰਮ ਹੈ ਵੀ ਉੱਥੇ ਰੋਟੀ ਖਾਂਦੇ ਆਂ ਵੀ ਬਜਾਏ ਉਸ ਦੇ ਕਿ ਉਹਨੂੰ ਹੱਥ ਪਵਾਈਏ ਮੈਂ ਦੁਬਾਰਾ ਆਖਣ ਡਿਆ ਵੀ ਧੀਆਂ ਸਾਂਝੀਆਂ ਹੁੰਦੀਆਂ ਨੇ ਇਹ ਐਵੇਂ ਨਹੀਂ ਬਜ਼ੁਰਗਾਂ ਨੇ ਆਖਿਆ ਸੀ ਇਹਦੇ ਵਿੱਚ ਕੋਈ ਮੰਤਕ ਸੀ ਇਹਦੇ ਵਿੱਚ ਕੋਈ ਗੱਲ ਸੀ ਵੀ ਧੀਆਂ ਸਾਂਝੀਆਂ ਹੁੰਦੀਆਂ ਨੇ ਇਹਦੀ ਵਜ੍ਹਾ ਸੀ ਕਿ ਇਸ ਤਾਂ ਸਾਂਝੀਆਂ ਹੁੰਦੀਆਂ ਨੇ ਇੱਕ ਦੂਜੇ ਦੀ ਇੱਜ਼ਤ ਕਰਨੀ ਹੈ ਇੱਕ ਦੂਜੇ ਦੀ ਇੱਜ਼ਤ ਨੂੰ ਕੁੰਜਣਾ ਹੈ ਪਰ ਅਸੀਂ ਕਿਹੜੇ ਪਾਸੇ ਨੂੰ ਨਿਕਲ ਆਏ ਤੇ ਇੱਕ ਤੇ ਆ ਰੋਲਾ ਜਿਹੜਾ ਦਾਜ ਵਾਲਾ ਨੇ ਇਹਨੂੰ ਮੁਕਾਓ ਉਹ ਜਾ ਕੇ ਤੇ ਸੱਸ ਨੇ ਲੜਨਾ ਹੀ ਹੁੰਦਾ ਜੇ ਐਡਾ ਲੰਮਾ ਚੌੜਾ ਚੜਾਵਾ ਚੜਾਉਣ ਦੀ ਕੀ ਲੋੜ ਐ ਸੱਸ ਹੀ ਰਹਿਣ ਦਿਓ ਉਹਨੂੰ ਬਹਰਲੇ ਆ ਕਿ ਉਹ ਵੀ ਤੇ ਉਹ ਵੀ ਉਹਦਿਆਂ ਵੀ ਤੇ ਆਪਣੀਆਂ ਧੀਆ ਹੋਣਗੀਆਂ ਨਾ ਸੱਸ ਦੀਆਂ ਉਹਨੂੰ ਵੀ ਚਾਹੀਦਾ ਵੀ ਜਾ ਕੇ ਸਿਰ ਤੇ ਹੱਥ ਰੱਖੇ ਵੀ ਧੀਏ ਕੋਈ ਸ਼ਾਇ ਨਹੀਂ ਤੇ ਕੋਈ ਚਾਹੀਦੀ ਬਸ ਦੋ ਕੱਪੜਿਆਂ ਚਾ ਇਹੋ ਜੀ ਗੱਲ ਲੋਕੀ ਮੁਹਾਵਰਾ ਤਨ ਆਖਦੇ ਤਨੇ ਲੇਕਿਨ ਜਦੋਂ ਐਕਸ਼ਨ ਹੁੰਦਾ ਉਦੋਂ ਪੁੱਤਰ ਆਸਤੇ ਗੱਡੀ ਵੀ ਚਾਹੀਦੀ ਐ ਸਕੂਟਰ ਵੀ ਚਾਹੀਦਾ ਫਲਾਨੀ ਸ਼ੈ ਵੀ ਚਾਹੀਦੀ ਐ ਤੇ ਉਹ ਮਾਪਿਓ ਜਿਹੜੇ ਨੇ ਉਹ ਜਨਾਬੇ ਵਾਲਾ واਸ਼ਿੰਗ ਮਸ਼ੀਨ ਵੀ ਤੇ ਫ੍ਰਿਜ ਵੀ ਤੇ ਬੈੱਡ ਵੀ ਤੇ ਸੋਫੇ ਵੀ ਉਹ ਕਿਉਂ ਥੱਲੇ ਬੈਂਦੇ ਨੇ ਪਹਿਲਾਂ ਮਤਲਬ ਉਹ ਜਿਨ੍ਹਾਂ ਦੇ ਘਰ ਕੁੜੀ ਦੇਣੀ ਹੋ ਪਹਿਲਾਂ ਥੱਲੇ ਬੈਂਦੇ ਜੇ ਪਹਿਲਾਂ ਥੱਲੇ ਬੈਂਦੇ ਨੇ ਤੇ ਇਸ ਕੁੜੀ ਦੇ ਨਾਲ ਵੀ ਥੱਲੇ ਬਹਿ ਜਾਣਗੇ ਤੇ ਇਹ ਜਿਹੜੇ ਅਮੀਰ ਲੋਗ ਨੇ ਉਹਨਾਂ ਨੇ ਇੰਨਾ ਕੰਮ ਵਿਗਾੜ ਦਿੱਤਾ ਆਪਣੀ ਆਪਣੀ ਸ਼ੋਭਾਜ਼ੀ ਕਰਨ ਆਸੋ ਬਈ ਕਿਸੇ ਹੋਰ ਵੇਲੇ ਕਰ ਲਓ ਉਹ ਵਿਆਹਾਂ ਦੇ ਉੱਤੇ ਉਹਨਾਂ ਨੇ ਇਹੋ ਜਿਹੇ ਵਿਆਹ ਪਾਕਿਸਤਾਨ 'ਚ ਕਰ ਦਿੱਤੇ ਨੇ ਕਿ ਮਾੜਾ ਬੰਦਾ ਉਹਨਾਂ ਵਿਆਹਾਂ ਦੇ ਬਾਰੇ 'ਚ ਨਾ ਸੋਚ ਸਕਦਾ ਨਾ ਖਾਬ ਦੇਖ ਸਕਦਾ ਹੁਣ ਤੇ ਪਾਕਿਸਤਾਨ ਦੇ ਵਿਆਹ ਵੇਖ ਕੇ ਸ਼ਰਮ ਆਉਂਦੀ ਹੈ ਯਕੀਨ ਨਹੀਂ ਹੁੰਦਾ ਕਿ ਇਹ ਜਿਹੜੇ ਮੈਂ ਤਗੜੇ ਲੋਕਾਂ ਦੀ ਗੱਲ ਕਰ ਤਗੜੇ ਵੀ ਨਹੀਂ ਜਿਹੜੇ ਨਹੀਂ ਤਗੜੇ ਉਹ ਵੀ ਮੈਂ ਇਹ ਗਰੀਬ ਤੇ ਘਰ ਬੈਠੇ ਬੈਠੀਆਂ ਨੇ ਨਾ 1 ਕਰੋੜ 35 35 ਸਾਲਾਂ ਤੋਂ ਉੱਤੇ ਮੈਂ ਜਿਹੜੇ ਥੋੜੇ ਜੇ ਥੋੜਾ ਜਿਹਾ ਸਾਹ ਜਿਨ੍ਹਾਂ ਦਾ ਨਿਕਲਦਾ ਉਹਨਾਂ ਦੇ ਵਿਆਹ ਵੇਖੋ ਤੇ ਉਹਨਾਂ ਦੀਆਂ ਸ਼ਕਲਾਂ ਵੇਖੋ ਫਿਰ ਸਮਝ ਨਹੀਂ ਆਉਂਦੀ ਤੇ ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੇ ਮਾਂ ਨੂੰ ਵੀ ਕਿਸੇ ਨੂੰ ਐਂਡਰਿਸਨ ਬਣਾਇਆ ਹੈ ਮਤਲਬ ਪਿੰਡ ਦੇ ਵਿੱਚ ਜਿਹੜਾ ਕੋਈ ਅਬਦੁਲ ਮਨੀਰ ਹੈ ਜਾਂ ਮੱਖਾ ਹੈ ਜਾਂ ਸਾਗੀਰ ਹੈ ਜਾਂ ਜੋ ਵੀ ਉਹਦਾ ਨਾਮ ਹੈ ਉਹਨੂੰ ਉਹਨਾਂ ਹੈਂਡਰਸਨ ਬਣਾਇਆ ਤੇ ਮਾਪੋਂਵੇਂ ਮੀਦਾ ਬੀਬੀ ਹੋਵੇ ਉਹਨੂੰ ਉਹਨਾਂ ਨੇ ਕੋਈ ਹੋਰ ਸਟੇਸੀ ਬਣਾਇਆ ਜਾਂ ਕੁਝ ਹੋਰ ਬਣਾਇਆ ਇਹ ਤੁਸੀਂ ਆਖਦੇ ਹੋ ਕਿਵੇਂ ਉਹ ਜਿਵੇਂ ਅੰਗਰੇਜ਼ਿਆਂ ਦੀ ਵਿਆਹ ਦੇ ਵਿੱਚ ਮਾਪਿਓ ਫੜ ਕੇ ਲਿਆਉਂਦੇ ਨੇ ਤੇ ਗਾਣੇ ਚੱਲਦੇ ਨੇ ਤੇ ਫਿਲਮਾਂ ਚੱਲਦੀਆਂ ਨੇ ਤੇ ਵੀਡੀਓ ਪੜਦੀਆਂ ਨੇ ਤੇ ਲੰਮੇ ਲੰਮੇ ਡਰੈਸ ਤੇ ਪਤਾ ਨਹੀਂ ਮੈਨੂੰ ਤਾਂ ਸਮਝ ਤੋਂ ਬਾਹਰ ਹੈ ਵੀ ਕੁੜੀਆਂ ਸਾਡੀਆਂ ਤੇ ਮੁੰਡੇ ਸਾਡੇ ਕੰਮ ਕੇਸ ਨੂੰ ਪੈ ਗਏ ਨੇ ਤੇ ਫੋਟੋ ਸ਼ੂਟ ਹੁੰਦੇ ਨੇ ਮਤਲਬ ਹਰ ਬੰਦਾ ਠੀਕ ਹੈ ਹਰ ਬੰਦਾ ਜਿਹਨੂੰ ਬਾਥਰੂਮ ਜਗਾਉਂਦਾ ਹੈ ਤੇ ਆਪਣੇ ਆਪ ਨੂੰ ਤਾਨਸੈਨ ਸਮਝਦਾ ਹੈ ਇਹਦੇ ਵਿੱਚ ਗਾਲਿਆ ਕਰੋ ਇਸੇ ਤਰੀਕੇ ਨਾਲ ਹਰ ਬੰਦਾ ਆਪਣੇ ਆਪ ਨੂੰ ਸ਼ਾਹਰੁਖ ਤੋਂ ਬਿਹਤਰ ਕਲਾਕਾਰ ਫਿਲਮ ਸਟਾਰ ਤੇ ਸੋਨਾ ਤੇ ਪਤਾ ਨਹੀਂ ਕੀ ਕੁਝ ਸਮਝਦਾ ਤੇ ਹਰ ਖਾਤੂਨ ਜਿਹੜੀ ਹੈ ਉਹ ਐਂਜਲੀਨਾ ਜੂਲੀ ਹੋਵੇ ਜਾਂ ਕੋਈ ਹੋਰ ਐਸ ਵਲੇ ਮੰਨੀ ਪਰ ਮੰਨੀ ਜਿਹੜੀ ਅਦਾਕਾਰਾ ਹੋਵੇ ਉਸ ਤੋਂ ਬਹੁਤ ਹੀ ਸੋਹਣੀ ਸਮਝਦੀ ਹੈ ਤੇ ਇਹ ਜਿਹੜੇ ਮੁੰਡੇ ਕੁੜੀਆਂ ਨੇ ਇਹ ਵਿਆਹ ਤੇ ਹੀ ਆਪਣੀ ਪੂਰੀ ਫਿਲਮ ਬਣਾਉਣਾ ਚਾਹੁੰਦੇ ਨੇ ਮਤਲਬ ਇਹ ਆਪਣੇ ਆਪ ਨੂੰ ਕਿਉਂਕਿ ਜ਼ਿਹਨੀ ਤੌਰ ਤੇ ਉਹ ਹਾਲੀਵੁੱਡ ਬਾਲੀਵੁੱਡ ਦੇ ਜਨਾਬੇ ਵਾਲਾ ਇਹ ਉਹ بڑے بڑے ਜਿਹੜੇ ਆਪਣੇ ਆਪ ਨੂੰ ਸਟਾਰ ਸਮਝਦੇ ਨੇ ਤੇ ਵਿਆਹ ਤੇ ਫਿਰ ਉਹ ਸਾਰੇ ਹੀ ਐਕਸ਼ਨ ਤੇ ਤਸਵੀਰਾਂ ਤੇ ਉਹ ਸਾਰਾ ਰੁਪਈਆ ਐਡਾ ਸਟੇਜ ਬਣਦਾ ਹੈ ਨਾ ਸ਼ਹਿਰਾਂ ਦੇ ਵਿੱਚ ਜਿੱਤੇ ਫੁੱਲ ਲੱਗਦੇ ਨੇ ਮੈਂ ਅਮੀਰ ਲੋਕਾਂ ਦੀ ਗੱਲ ਨਹੀਂ ਕਰਨ ੜਿਆ ਮੈਂ ਮਿਡਲ ਕਲਾਸ ਲੋਕਾਂ ਦੀ ਗੱਲ ਕਰਨ ੜਿਆ ਸੌਰੀ ਮੈਂ ਮਿਡਲ ਕਲਾਸ ਮੈਂ ਵੀ ਗਲਤੀ ਨਾ ਕਹਤਾ ਇਹ ਮਿਡਲ ਕਲਾਸ ਤੇ ਅਮੀਰ ਹੁੰਦਾ ਯਾ ਲੋਅਰ ਮਿਡਲ ਕਲਾਸ ਹੈ ਮੜਾ ਬੰਦਾ ਯਾ ਲੋਅਰ ਕਲਾਸ ਹੈ ਉੱਥੇ ਜਨਾਬ ਲੱਖਾਂ ਰੁਪਈਆ ਦੇ ਸਟੇਜ ਦੇ ਪਿਛਲੇ ਪਾਸੇ ਫੁੱਲ ਲੱਗ ਸ਼ਰਮ ਦਾ ਘਾਟਾ ਹੈ ਔਰਤਾਂ ਮੈਂ ਗੱਲ ਕੋਈ ਨਹੀਂ ਕਹਿ ਸਕਦਾ ਟੁੱਕਰ ਪਾਣੀ ਦੇ ਇੰਨਾ ਪੈਸਾ ਲਾ ਦਿੰਦੇ ਨੇ ਮਹਿਮਾਨਾਂ ਤੇ ਫਿਰ ਜਿਹੜੇ ਵਿਆਹ ਤੇ ਆਉਂਦੇ ਨੇ ਉਹ ਇੰਜ ਲੱਗਦਾ ਉਹਨਾਂ ਦਾ ਆਪਣਾ ਵਿਆਹ ਹੋਣ ਡਿਆ ਉਹ ਜਿਹੜੀਆਂ ਸਾਡੀਆਂ ਭੈਣਾਂ ਨੇ ਜ਼ਰਾਨੀਆਂ ਨੇ ਉਹ 20-20 ਹਜ਼ਾਰ ਦਾ ਮੂੰਹ ਤੇ ਮੇਕਅਪ ਥੱਪ ਲੈਣੀਆਂ ਨੇ ਉਹਨਾਂ ਦਾ ਜਿਹੜਾ ਇੱਕ ਇੱਕ ਜੋੜਾ ਉਹ 2-2 4-4 ਲੱਖ ਦਾ ਜਿਹਨੇ ਵਿਆਹ ਤੇ ਆਉਣਾ ਕਿਸੇ ਦੇ ਉਹ ਪਾਈ ਫਿਰਦੀ ਏ ਉਹ ਨਾਲ ਚਾਰ ਜਵਾਕ ਜੰਮੇ ਹੁੰਦੇ ਨੇ ਨਾਲ ਮਿਰਰ ਕਾ ਬੰਦਾ ਹੁੰਦਾ ਜਿਹਦਾ ਢਿੱਡ ਨਹੀਂ ਸਾਂਭਿਆ ਜਾਣ ਡਿਆ ਹੁੰਦਾ ਵੀ ਕਮਲੀਏ ਤੈਨੂੰ ਲੱਭ ਗਿਆ ਜਿਹੜਾ ਲੱਭਣਾ ਤੂਏ 4 ਲੱਖ ਦਾ ਜੋੜਾ ਪਾ ਕੇ 4 ਲੱਖ ਕਿਸੇ ਗਰੀਬ ਦੇ ਕੰਮ ਦੇ ਤੇ ਜੇ ਕਿਸੇ ਨੂੰ ਪੁੱਛੋ ਨਾ ਵੀ ਤੂੰ ਬੀਬੀ ਇਹ 4 ਲੱਖ ਦਾ ਜੋੜਾ ਪਾਇਆ 3 ਲੱਖ ਦਾ ਤੈਨੂੰ ਕੋਈ ਹਿਆ ਦਾ ਘਾਟਾ ਮੇਰੀਏ ਭੈਣੇ ਕਿਸੇ ਮਾੜੇ ਬੰਦੇ ਦੇ ਕਿਸੇ ਮਾੜੇ ਬੰਦੇ ਦੀ ਧੀ ਵਿਆਹ ਹੀ ਜਾਣੀ ਸੀ ਇੰਨੇ ਪੈਸਿਆਂ 'ਚ ਉਹਦੀ ਰੋਟੀ ਪੂਰੀ ਹੋ ਜਾਣੀ ਸੀ ਅੱਗੋਂ ਪਤਾ ਕੀ ਆਂਦੇ ਨੇ ਅੱਲਾਹ ਦੇ ਨਾਮ 'ਤੇ ਵੀ ਦਿੰਦੇ ਆਂ ਕੌਣ ਸਾ ਨਹੀਂ ਦਿੰਦੇ ਉਹ ਬਈ ਜੇ ਦਿੰਦੇ ਹੋਵੋ ਪੂਰਾ ਤੇ ਇੰਨੇ ਗਰੀਬ ਐ ਐ 1 ਕਰੋੜ ਬੱਚੀਆਂ ਪੈਂਦੀਆਂ ਸਾਲਾਂ 'ਚ ਲੋਕਾਂ ਦੀਆਂ ਘਰਾਂ 'ਚ ਬੈਠੀਆਂ ਹੋਣ ਜੇ ਦਿੰਦੇ ਹੋਵੋ ਤੇ ਇਹਦਾ ਮਤਲਬ ਹੋਰ ਦੇਣ ਦੀ ਲੋੜ ਹੈ ਨਾ ਤੇ ਉਹ ਜੇ ਬਾਜੀ ਜੂ ਹੋ ਤੇ ਮਜ਼ਾਕ ਹੈ ਚਲੋ 800 ਦਾ ਜੋੜਾ ਪੌਂਦੀ ਤੇ ਤੁਸੀਂ ਵੀ ਪਾ ਲੋ ਤੇ ਨਹੀਂ ਪੌਂਦੀ ਮੈਨੂੰ ਪਤਾ ਉਹਨੂੰ ਵੇਖ ਵੇਖ ਕੇ ਹੀ ਤੁਸੀਂ ਵੀ ਇਹ ਕੰਮ ਕਰਨ ਡਈਆਂ ਜੀ ਇੱਕ ਗੱਲ ਯਾਦ ਰੱਖਣਾ ਐਨੀ ਵੂਮਨ ਆਰ ਐਨੀ ਮੈਨ who believes that buying expensive clothes ਐਵੇਂ ਅੰਗਰੇਜ਼ੀ ਚੇਸ ਦੀ ਗੱਲ ਕਰਦਾਂ ਜਿਹੜੀ ਫੈਂ ਫੈਂ ਕਲਾਸ ਹੈ ਨੇ ਇਹਨਾਂ ਨੂੰ ਸਮਝ ਆਵੇ ਦੇ ਆਰ ਐਕਚੁਅਲੀ ਸ਼ੈਲੋ ਇਨਸਾਈਡ ਉਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਲੱਗਦਾ ਕਿ ਕੱਪੜੇ ਪਾ ਕੇ ਉਹ ਖੋਤੇ ਦੇ ਉੱਤੇ ਵੀ ਬੜੀ ਸੋਹਣੀ ਚੀਜ਼ ਸ਼ਿੰਗਾਰ ਕੇ ਪਾ ਦਿਓ ਉਹਨੇ ਖੋਤਾ ਹੀ ਰਹਿਣਾ ਉਨੇ ਘੋੜਾ ਨਹੀਂ ਬਣ ਜਾਣਾ ਤੇ ਘੋੜਾ ਜਿਹੜਾ ਨਾ ਉਹ ਕਿਤੇ ਵੀ ਉਹਨੂੰ ਖਲਾਰ ਦਿਓਗੇ ਗਰੀਬ ਦੇ ਘਰ ਬੰਦ ਦਿਓਗੇ ਅਮੀਰ ਦੇ ਘਰ ਬੰਦ ਦਿਓਗੇ ਘੋੜਾ ਘੋੜਾ ਹੀ ਰਹਿਣਾ ਹੈ انسان ਨੂੰ ਅੱਲਾ ਨੇ ਜੋ ਕੁਝ ਬਣਾਇਆ ਉਹਦੇ ਜੁੱਤੀ ਕੱਪੜੇ ਹਾਂ ਠੀਕ ਹੈ ਵਾਜਬੀ ਜੁੱਤੀ ਕੱਪੜੇ ਲੈਣੇ ਪੈਂਦੇ ਨੇ ਐਸੀ ਕੋਈ ਗੱਲ ਨਹੀਂ ਹੈ ਲੇਕਿਨ ਉਹ ਜਾ ਕੇ ਤੁਸੀਂ ਕਿਸੇ ਸਸਤੇ ਥਾਂ ਤੋਂ ਲੈ ਲਓ ਆਪਣਾ ਕੰਮ ਚਲਾਓ ਇਹ ਕਿਹੜੇ ਕੰਮ ਨੂੰ ਪੈ ਗਏ ਜੇ ਤੁਸੀਂ ਸਾਰੇ ਤੁਸੀਂ ਹੁਣ ਬੜੇ ਸਾਰੇ ਸਮਝਦੇ ਹੋਵੋਗੇ ਮੈਂ ਐਵੇਂ ਇਹਦੇ ਉੱਤੇ ਲੰਮੀ ਗੱਲ ਮੈਂ ਕਰ ਦਿੱਤੀ ਕਿਹੜੇ ਪਾਸੇ ਨੂੰ ਤੁਰ ਪਿਆ ਪਰ ਮੈਂ ਪਿੰਡ ਚ ਜਮਿਆ ਮੈਂ ਆਪਣੇ ird gird ਗਰੀਬ ਲੋਕ ਵੇਖੇ ਨੇ ਮੈਂ ਉਹਨਾਂ ਦੀਆਂ ਧੀਆਂ ਦੀਆਂ ਪਰੇਸ਼ਾਨੀਆਂ ਨੂੰ ਵੇਖਿਆ ਸਮਝਿਆ ਮਹਿਸੂਸ ਕੀਤਾ ਮੈਨੂੰ ਪਤਾ ਹੈ ਕਿ ਕਿੰਨੇ ਕਿੰਨੇ ਸਾਲ ਲੋਕਾਂ ਦੀਆਂ ਧੀਆਂ ਬੈਠੀਆਂ ਬੁੱਢੀਆਂ ਹੋ ਜਾਂਦੀਆਂ ਨੇ ਗਾਂ ਜਾਂਦੀਆਂ ਨੇ ਫਿਰ ਬੱਚੀ-ਬੱਚਾ ਪੈਦਾ ਨਹੀਂ ਹੁੰਦਾ ਕਿਉਂਕਿ ਲੇਟ ਸ਼ਾਦੀ ਹੁੰਦੀ ਹੈ ਤੇ ਫਿਰ ਉਹ ਫਾਰਕ ਕਰ ਦਿੰਦੇ ਨੇ ਜਾਂ ਉੱਥੇ ਉਹ ਜਾਨਵਰਾਂ ਤਰ੍ਹਾਂ ਟ੍ਰੀਟ ਕਰਦੇ ਨੇ ਜੇ ਜਹੇਜ਼ ਨਾ ਦੇਣ ਤੇ ਤਦਤਾਨੇ ਦਿੰਦੀਆਂ ਨੇ ਸੱਸਾਂ ਇਹ ਸਾਨੂੰ ਸਿਰਫ ਹਕੂਮਤਾਂ ਦੇ ਉੱਤੇ تنਕੀਦ ਨਹੀਂ ਕਰਨੀ ਆਪਣੇ ਆਪ ਨੂੰ ਵੀ ਕੋਈ ਹਿਆਰ ਨੂੰ ਹੱਥ ਮਾਰਨਾ ਆਪਣੇ ਗਰੀਬਾਂ ਚ ਵੀ ਵੇਖਣਾ ਅਸੀਂ ਇਹ ਸੋਚਣਾ ਅਸੀਂ ਇੱਕ ਸੁਸਾਇਟੀ ਦੇ ਤੌਰ ਦੇ ਉੱਤੇ ਕੀ ਕਰਨ ਦੇ ਆ ਇਸ ਵੇਲੇ ਚਲੋ ਪਹਿਲੇ ਜ਼ਮਾਨੇ ਚ ਫੇਰ ਵੀ ਕੋ ਹੱਥ ਪੱਲਾ ਲੋਕਾਂ ਦਾ ਪੈਂਦਾ ਸੀ ਕੋਈ ਬੱਚੇ ਵੀ ਥੋੜੇ ਹੁੰਦੇ ਸਨ ਵਿਆਹ ਆਬਾਦੀ ਵੀ ਥੋੜੀ ਸੀ ਚਲੋ ਕਿਸੇ ਹੁਣ ਤੇ ਲੋਕੀ ਬਿਲਕੁਲ ਹੁਣ ਭੁੱਖ ਦੇ ਉੱਤੇ ਪਹੁੰਚ ਗਏ ਨੇ ਰੋਟੀ ਨਹੀਂ ਲੱਭਣ ਡਈ ਤੇ ਇਹ ਜੋ ਕੁਝ ਸ਼ਹਿਰਾਂ ਦੇ ਵਿੱਚ ਹੁੰਦਾ ਵਿਆਹਾਂ ਦੇ ਉੱਤੇ ਵਿਆਹਾਂ ਦੇ ਨਾਂ ਦੇ ਉੱਤੇ ਮਹਿੰਦੀ ਏ ਤੇ ਅੱਜ ਸ਼ੈਂਦੀ ਏ ਤੇ ਅੱਜ ਢੋਲ ਕੀ ਏ ਤੇ ਅੱਜ ਫਲਾਨਾ ਖੁਦ ਤੁਹਾਨੂੰ ਹਿਆ ਨਹੀਂ ਆਉਂਦਾ ਤੁਹਾਡੇ ird gird ਲੋਕ ਭੁੱਖੇ ਸੌਂਦੇ ਨੇ ਫਿਰ ਆਂਦੇ ਨੇ ਜੀ ਅੱਲਾਹ ਨੇ ਦਿੱਤਾ ਹੈ ਤੇ ਖਰਚ ਕਰਨਾ ਚਾਹੀਦਾ ਬਿਲਕੁਲ ਖਰਚ ਕਰਨਾ ਚਾਹੀਦਾ ਹੈ ਅੱਲਾਹ ਨੇ ਦਿੱਤਾ ਹੈ ਬਿਲਕੁਲ ਖਰਚ ਕਰਨਾ ਚਾਹੀਦਾ ਪਰ ਮੈਨੂੰ ਇਹ ਦੱਸੋ ਵੀ ਅਗਰ ਕਿਸੇ ਮੁਲਕ ਦੇ ਵਿੱਚ ਜੰਗ ਲੱਗੀ ਚਲੋ ਇਹਨੂੰ ਛੱਡ ਦਿਓ ਜੰਗ ਨੂੰ ਅਗਰ ਤੁਹਾਡੇ ਮਹੱਲੇ ਦੇ ਵਿੱਚ ਜਵਾਨ ਫੌਤਗੀ ਹੋਈ ਹੋਵੇ ਤੇ ਤੁਸੀਂ ਉੱਚੀ ਮਿਊਜ਼ਿਕ ਨਹੀਂ ਸੁਣਦੇ ਨਾ ਏਸੇ ਤਰੀਕੇ ਨਾਲ ਜਦੋਂ ਤੁਹਾਡੇ ਮਹੱਲੇ ਦੇ ਵਿੱਚ ਕੋਈ ਭੁੱਖਾ ਮਰ ਰਿਹਾ ਹੈ ਜਾਂ ਕਿਸੇ ਮੁਲਕ 'ਚ ਜੰਗ ਲੱਗੀ ਹੈ ਤੇ ਉੱਥੇ ਤੁਸੀਂ ਆ ਜਿਹੜੇ ਬੜੇ-ਬੜੇ ਜਾ ਕੇ ਡਿਜ਼ਾਈਨਰਜ਼ ਦੇ ਕੱਪੜੇ ਪਾਉਂਦੇ ਹੋ ਮੈਨੂੰ ਦੱਸੋ ਜਿਹੜੀ ਹੁਣ ਸਾਡੀ ਬਾਜੀ ਹੈ ਨਾ ਪ੍ਰਵੇਸ਼ ਬੱਟੇ ਚਾਈਨਾ ਗਈ ਕਈ ਬੰਦੇ ਜਾਂਦੇ ਨੇ ਕਿਤੇ ਹੋਰ ਇੱਜ਼ਤ ਕਮਾਉਣ ਲਈ ਕਈ ਬਿਜ਼ਤ ਹੋਣ ਲਈ ਜਾਂਦੇ ਨੇ ਉਹ ਚਾਈਨਾ ਗਈ ਬਿਜ਼ਤ ਹੋਣ ਲਈ ਉਦੋਂ ਚੰਗਾ ਸੀ ਇੱਥੇ ਲੋਹਰੀ ਟਿਕਟੋਕ ਬਣਾਉਂਦੀ ਰਹਿੰਦੀ ਇੱਜ਼ਤ ਬਚੀ ਰਹਿਣੀ ਸੀ ਇਸੇ ਤਰੀਕੇ ਨਾਲ ਜਿਹੜੀਆਂ ਮੇਰੀਆਂ ਬੀਬੀਆਂ ਭੈਣਾ ਜਾ ਕੇ ਬੜੇ-ਬੜੇ ਮਹਿੰਗੇ ਕੱਪੜੇ ਖਰੀਦੀਆਂ ਨੇ ਨਾ ਇਹ ਜਨਾਬ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਨਾਮ ਵੀ ਨਹੀਂ ਆਉਂਦੇ ਸੱਚੀ ਦੱਸਾਂ ਮੈਂ ਤੁਹਾਨੂੰ ਬਹਰਾਲ ਇਹ ਜਿਹੜੇ ਜਿਹੜੇ ਬੜੇ-ਬੜੇ ਮਹਿੰਗੇ ਪਾਕਿਸਤਾਨੀ ਬ੍ਰਾਂਡਾਂ ਦੀ ਮੈਂ ਗੱਲ ਕਰਨਾ ਹੈ ਜਿਹੜੇ ਬੜੇ-ਬੜੇ ਮਹਿੰਗੇ ਕੱਪੜੇ ਜਾ ਕੇ ਖਰੀਦੀਆਂ ਨੇ ਨਾ ਉਹਨਾਂ ਨੂੰ ਮੈਂ ਇੰਨਾ ਹੀ ਦੱਸਣਾ ਵੀ ਜੇ ਜੇ ਮੂੰਹ ਖੋਲ੍ਹੇਗੀ ਤੇ ਵਿੱਚੋਂ ਕੋਈ ਕੰਮ ਦੀ ਗੱਲ ਨਿਕਲੇਗੀ ਰੱਬ ਨੇ ਇਹ ਦਿੱਤਾ ਹੈ ਤੇ ਤੂੰ ਬੇਸ਼ੱਕ ਮੇਰੀ ਭੈਣ 1200 ਦਾ 1400 ਦਾ 2000 ਦਾ ਮੈਨੂੰ ਨਹੀਂ ਪਤਾ ਕਿੰਨੇ ਦਾ ਹੁੰਦਾ ਜੋੜਾ ਅੱਜ ਕੱਲ ਬਹਰਲ ਜਿਹੜਾ ਵੀ ਮਾੜੇ ਤੋਂ ਵਾੜਾ ਜੋੜਾ ਵੀ ਪਾ ਕੇ ਖਲੋਤੀ ਹੋਏਗੀ ਨਾ ਤੇ ਮੈਨੂੰ ਇਹ ਦੱਸੋ ਵੀ ਅਗਰ ਕਿਸੇ ਯੂਨੀਵਰਸਿਟੀ ਦੀ ਪ੍ਰਿੰਸੀਪਲ ਕਿਸੇ ਜਗ੍ਹਾ ਦੇ ਉੱਤੇ ਆਪਣੀ ਵਾਈਸ ਚਾਂਸਲਰ ਜਾਂ ਕਾਲਜ ਦੀ ਪ੍ਰਿੰਸੀਪਲ ਕਿਸੇ ਜਗ੍ਹਾ ਤੇ 3000 ਦਾ ਜੋੜਾ ਪਾ ਕੇ ਬੈਠੀ ਹੈ ਤੇ ਕਿਸੇ ਸਾਡੇ ਗਿੱਲ ਸਾਹਿਬ ਜਾਂ ਵੱਟ ਸਾਹਿਬ ਦੀ ਅਨਪੜ੍ਹ ਜਨਾਨੀ ਜਿਹੜੀ ਹੈ ਉਹ ਖਤੀਜਾ ਸ਼ਾਹ ਦੇ ਐਲਾਨ ਦਾ ਜਾਂ ਕਿਸੇ ਬੜੀ ਵੱਡੀ ਮੰਨੀ ਪਰਮੰਨੀ ਕੰਪਨੀ ਦਾ 5 ਲੱਖ ਦਾ ਜੋੜਾ ਪਾ ਕੇ ਤੇ ਮੂੰਹ ਦੇ ਵਿੱਚੋਂ ਜਿਸ ਵੇਲੇ ਉਹਨੇ ਕੱਢਿਆ ਤੇ ਜਿਸ ਤਰੀਕੇ ਨਾਲ ਉਹਨੇ ਪੂਰਾ ਇੱਕ ਕਬਾਬ ਮੂੰਹ 'ਚ ਰੱਖਿਆ ਵਿਆਹ ਦੇ ਉੱਤੇ ਤੇ ਮੈਨੂੰ ਦੱਸੋ ਵੀ ਉਹ ਲੁਕਣੀ ਹੈ ਗੱਲ ਇਸ ਲਈ ਮੇਰੀਓ ਭੈਣੋ ਕੁਝ ਖਿਆਲ ਕਰੋ ਆਪਣੇ ird-gird ਦੇਖੋ ਤੇ ਇੰਜ ਹੀ ਮੇਰੇ ਭਰਾਓ ਅੱਜਕੱਲ ਤੇ ਮੁੰਡੇ ਵੀ ਇਹਨਾਂ ਦਾ ਮੇਕਅਪ ਕਰਦੇ ਨੇ ਮੈਂ ਤਾਂ ਪਛਾਣੇ ਨਹੀਂ ਜਾਂਦੇ ਉਹ ਮੂਰਖ ਉਹ ਅਸੀਂ ਤੇ ਕੁਝ ਹੋਰ ਹੀ ਉਹ ਸਾ ਜਦੋਂ ਆਮ ਦੇਣਾ 'ਚ ਵੇਖੀਦਾ ਉਹਨਾਂ ਦਾ ਗੋਡੇ ਵਰਗਾ ਮੂੰਹ ਹੁੰਦਾ ਤੇ ਜੇ ਇਸ ਵੇਲੇ ਵਿਆਹਾਂ ਤੇ ਜਾਂਦੇ ਨੇ ਪਤਾ ਨਹੀਂ ਕੂਚ-ਕੂਚ ਕੀ ਆਪਣੇ ਆਪ ਨੂੰ ਕੀ ਕੀਤਾ ਹੁੰਦਾ ਐ ਮੈਨੂੰ ਵੀ ਪਿਛਲੇ ਦਿਨ ਕੋ ਪੁੱਛਦਾ ਸੀ ਵੀ ਗਿੱਲ ਸਾਬ ਮੇਕਅਪ ਕੀਤਾ ਜੇ ਕਿ ਨਹੀਂ ਮੈਂ ਤੁਹਾਨੂੰ ਕਸਮ ਖਾ ਕੇ ਦੱਸਦਾ ਵੀ ਟਾਈਮ ਇਸ ਵੇਲੇ ਘੱਟ ਹੁੰਦਾ ਮੈਂ ਸਾਬਣ ਨਾਲ ਮੂੰਹ ਧੋਣ ਤੋਂ ਬਗੈਰ ਬਸ ਐ ਮੂੰਹ ਤੇ ਛਿੱਟੇ ਮਾਰ ਕੇ ਸ਼ਾਵਰ ਮੈਂ ਯੂਜਲੀ ਰਾਤ ਨੂੰ ਸੌਣ ਲੱਗਿਆਂ ਸ਼ਾਵਰ ਲੈ ਕੇ ਸੌਣਾ ਤਾਂ ਕਿ ਸਵੇਰੇ ਮੈਂ ਉੱਠ ਕੇ ਆਪਣਾ ਕੰਮ ਕਰਨਾ ਹੁੰਦਾ ਤੇ ਸਵੇਰੇ ਸਵੇਰੇ ਟਾਈਮ ਘੱਟ ਹੁੰਦਾ ਤੁਹਾਡੇ ਤੱਕ ਵੀ ਲੌਗ ਟਾਈਮ ਤੇ ਪਹੁੰਚਾਉਣਾ ਹੁੰਦਾ ਇਹ ਤੁਹਾਡੇ ਸਵੇਰ ਸ਼ਾਮ ਮੇਰੇ ਉਲਟੇ ਨੇ ਅਮਰੀਕਾ ਦੇ ਸਾਹਬ ਨਾਲ ਤੇ ਕਈ ਵਾਰੀ ਸਾਬਣ ਨਾਲ ਮੂੰਹ ਨਹੀਂ ਧੋਤਾ ਹੁੰਦਾ ਬਸ ਪਾਣੀ ਦੇ ਨਾਲ ਮੂੰਹ ਸਾਫ਼ ਕਰਕੇ ਤੇ ਮੈਂ ਬਹਿ ਕੇ ਤੁਹਾਡਾ ਵੀ ਲੌਗ ਕਰ ਕਹਿਣ ਦਾ ਮਸਲਾ ਹੈ ਕਿ ਕੋਈ ਹਿਆ ਨੂੰ ਹੱਥ ਮਾਰੋ ਇਹ ਜਿਹੜੀਆਂ ਇਹ ਜਿਹੜੀ ਰਿਪੋਰਟ ਆਈ ਹੈ ਮੇਰੇ ਦਿਲ ਦੇ ਬੜੀ ਕਰੀਬ ਹੈ ਮੈਨੂੰ ਬੜੀ ਤਕਲੀਫ ਹੋਈ ਹੈ ਰਿਪੋਰਟ ਵੇਖ ਕੇ ਤੇ ਹੁਣ ਮੈਂ ਤਮਾਮ ਓਵਰਸੀਜ਼ ਪਾਕਿਸਤਾਨੀਆਂ ਨੂੰ ਇਹ ਗੱਲ ਲਖਣੀ ਹੈ ਇਹ ਮੈਂ ਖੁਦ ਵੀ ਕਰਾਂਗਾ ਮੇਰੇ ਯਾਰ ਨੇ ਸ਼ਾਹਿਦ ਰਜ਼ਾ ਰਾਂਝਾ ਔਰ ਮੰਡੀ ਬਹਾਉਦੀਨ ਤੋਂ ਉਹਨਾਂ ਦਾ ਤਲਕ ਹੈ ਸੱਚੀ ਗੱਲ ਦੱਸਾਂ ਉਹ ਇਹ ਕੰਮ ਹਰ ਸਾਲ ਕਰਦੇ ਨੇ ਪਰ ਮੈਨੂੰ ਇਹਦੀ ਅਹਿਮੀਅਤ ਦਾ ਪਹਿਲਾ ਅੰਦਾਜ਼ਾ ਨਹੀਂ ਸੀ ਪਰ ਹੁਣ ਇਹ ਨੰਬਰ ਵੇਖਿਆ ਤੇ ਰਾਂਝਾ ਸਾਹਿਬ ਨੂੰ ਮੇਰਾ ਜਿਹੜਾ ਨਾ ਜੀ ਸੁਰਖ ਸਲਾਮ ਏ ਰਾਂਝਾ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਮੰਡੀ ਬਹਾਉਦੀਨ ਚ ਹਰ ਸਾਲ 100-100 ਬੱਚੀ ਦੀ ਇجتماਈ ਸ਼ਾਦੀ ਕਰਦੇ ਨੇ ਮੈਨੂੰ ਅਦਰਾਕ ਇਹ ਤੇ ਅਦਰਾਕ ਐਸੀ ਵੀ ਇਹ ਅਦਰਾਕ ਨਹੀਂ ਸੀ ਵੀ ਇੰਨਾ ਨੰਬਰ ਹੈ ਤੇ ਹੁਣ ਮੈਂ ਓਵਰਸੀਜ਼ ਪਾਕਿਸਤਾਨੀ ਨੂੰ ਆਕਾਂਗਾ ਕਿ ਯਾਹ ਤੇ ਰਾਂਝਾ ਸਾਹਿਬ ਨਾਲ ਰਾਬਤਾ ਕਰਨ ਮੈਂ ਨਹੀਂ ਆਂਦਾ ਉਹਨਾਂ ਨੂੰ ਪੈਸੇ ਦੇਣ ਸ਼ਾਦੀਆਂ ਆਪ ਹੀ ਕਰੋ ਪੈਸੇ ਆਪਣੇ ਕੋਈ ਰੱਖੋ ਉਹਨਾਂ ਕੋਲੋਂ ਬੱਚੀਆਂ ਦਾ ਪੁੱਛ ਲਓ ਜਿਨ੍ਹਾਂ ਦੀਆਂ ਸ਼ਾਦੀਆਂ ਹੋਣ ਆਲੀਆਂ ਨੇ ਪੈਸੇ ਕਿਸੇ ਨੂੰ ਨਾ ਮੇਰੇ ਕਹਿਣ ਤੇ ਦਿਆ ਜੇ ਕੱਲ ਨੂੰ ਕਹੋਗੇ ਜੀ ਉਹ ਇੰਨੇ ਦੇ ਦਿੱਤੇ ਤੇ ਇੰਨੇ ਲੱਗੇ ਇਸ ਕੰਮ 'ਚ ਮੈਂ ਨਹੀਂ ਕਦੀ ਆਉਂਦਾ ਯਾ ਫਿਰ ਆਪਣੇ ਇਲਾਕਿਆਂ ਜਾਓ ਉੱਥੇ ਲੋੜੋ ਬੱਚੀਆਂ ਨੂੰ ਉੱਥੇ ਇجتماਈ ਸ਼ਾਦੀਆਂ ਕਰੋ ਇਸ ਕੰਮ ਤੇ ਪੈਸੇ ਲਾਓ ਤੇ ਜਿਹੜੀਆਂ ਸੱਸਾਂ ਨੇ ਤੇ ਮੁੰਡੇ ਨੇ ਜਿਹੜੇ ਆਂਦੇ ਨੇ ਜਿਹੇਜ਼ ਲਾਣਾ ਉਹਨਾਂ ਤੇ ਵੀ ਲਾਨਤ ਭੇਜੋ ਤੇ ਸੋਸਾਇਟੀ ਨੂੰ ਚੇਂਜ ਕਰੋ ਹੋਰ ਵੀ ਇਹਦੇ ਵਿੱਚ ਬੜੇ ਮਾਮਲੇ ਆਤ ਨੇ ਜ਼ਾਤ ਪਾਤ ਦੇ ਦੂਜੇ ਮਸਲੇ ਉਸ ਤੇ ਕਿਸ ਦਿਨ ਫਿਰ ਗੱਲ ਕਰਾਂਗਾ ਅੱਜ ਕੁਝ ਦੋਸਤਾਂ ਨੇ ਇਤਰਾਜ਼ ਕੀਤਾ ਸੀ ਵੀ ਗਿੱਲ ਸਾਹਿਬ ਅੱਜਕਲ ਚਿੱਠੀਆਂ ਨਹੀਂ ਪੜਦੇ ਇਹ ਕੀ ਗੱਲ ਹੈ ਤੇ ਉਹਨਾਂ ਦੇ ਜ਼ਰਾ ਥੋੜੇ ਜਿਹਾ ਕਮੈਂਟ ਸਾਹਮਣੇ ਰੱਖ ਦਈਏ ਕਿਉਂਕਿ ਚਿੱਠੀਆਂ ਪੜਨੀਆਂ ਵੀ ਜ਼ਰੂਰੀਆਂ ਨੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਕਿਹਾ ਕਿ ਗਿੱਲ ਸਾਹਿਬ ਚ ਕੀ ਕੋਈ ਮਸਲਾ ਹੈ ਆਜ ਕੱਲ ਵੀਲੌਗ ਵੀ ਬੜਾ ਛੋਟਾ ਕਰ ਰਹੇ ਹੋ ਤੇ ਬਹੁਤ ਲੇਟ ਵੀ ਕਰ ਰਹੇ ਹੋ ਜਰਾ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਇੱਥੋਂ ਉੱਥੋਂ ਦੇ ਟਾਈਮ ਦਾ ਫਰਕ ਹੈ ਤੁਹਾਨੂੰ ਮੈਂ ਦੱਸਿਆ ਤੇ ਉਹ ਫਿਰ ਜਰਾ ਛੋਟਾ ਵੱਡਾ ਹੋ ਜਾਂਦਾ ਕੰਮ ਤੇ ਉਹਦੀ ਜਰਾ ਮਾਫਰਤ ਤੁਹਾਡੇ ਕੋਲੋਂ ਤੇ ਮੈਨੂੰ ਮਾਫੀ ਦਿਆ ਕਰੋ ਉਹਦੇ ਤੇ ਅਗਲਾ ਜਨਾਬੇ ਵਾਲਾ ਇੱਕ ਗਿਲਸਾ ਵੀ ਤੁਹਾਡਾ ਵੀਲੌਗ ਸੁਣਿਆ ਆ ਆਵਾਮ ਨੂੰ ਜਵਾਬ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦਿੰਦੇ ਤੇ عوام ਦਾ ਹੱਕ ਹੈ ਸਵਾਲ ਪੁੱਛਣ ਦਾ ਤੁਹਾਡਾ ਫਰਜ਼ ਹੈ ਜਵਾਬ ਦੇਣ ਦਾ ਬਿਲਕੁਲ ਜਨਾਬ ਬੈਠੇ ਤੁਹਾਨੂੰ ਜਵਾਬ ਦੇਣ ਨੂੰ ਤੁਸੀਂ ਸਵਾਲ ਪੁੱਛਦੇ ਨਹੀਂ ਬਸ ਇਹੀ ਗੱਲ ਕਰਦੇ ਹੋ ਦੂਜੀ ਤੀਜੀ ਵਾਰੀ ਸਵਾਲ ਪੁੱਛੋ ਦਾ ਜਵਾਬ ਵੀ ਦੇਾਂਗੇ ਉਹਨਾਂ ਕਹਿੰ ਗਿੱਲ ਸਾਹਿਬ ਇਹ ਇਹ ਕੰਮ ਚੰਗਾ ਨਹੀਂ ਤੁਸੀਂ ਕੀਤਾ ਅ ਤੁਸੀਂ ਰੱਬ ਰਾਖਾ ਆ ਕੇ ਤੇ ਆਪਣਾ ਵੀਲੌਗ ਸੁਣ ਰਿਹਾ ਸਾਂ ਤੁਸੀਂ ਰੱਬ ਰਾਖਾ ਆ ਕੇ ਤੇ ਨਾਲ ਹੀ ਨਿਕਲ ਗਏ ਹੋ ਤੇ ਮੈਨੂੰ ਅਜੇ ਨੀਂਦ ਆਉਣਾ ਸ਼ੁਰੂ ਹੋਈ ਸੀ ਤੇ ਨਾਲ ਹੀ ਤੁਹਾਡਾ ਵੀਲੌਗ ਮੁੱਕ ਗਿਆ ਤੇ ਏਡਾ ਛੋਟਾ ਨਾ ਕਰਿਆ ਕਰੋ ਮੇਰੀ ਗੱਲ ਸੁਣੋ ਇਹ ਮੈਨੂੰ ਪਤਾ ਹੀ ਨਹੀਂ ਸੀ ਪੁੱਤਰ ਵੀ ਮੈਂ ਲੋਰੀ ਵੀ ਦਿਨਾ ਤੈਨੂੰ ਜਦ ਨਾਲ ਨੀਂਦ ਆਉਂਦੀ ਹੈ ਤੇ ਮੈਂ ਹੁਣ ਥੋੜੀ ਜੀ ਲੰਮੀ ਲੋਰੀ ਰੱਖ ਦਿਆ ਕਰਾ ਹੁਣ ਲਾਫ ਇਸ ਤੋਂ ਬਾਅਦ ਮੈਨੂੰ ਦੱਸ ਵੀ ਮੈਂ ਕੋ ਕਾਂ ਤੇ ਆ ਨਹੀਂ ਵੀ ਉੱਥੇ ਉੱਥੇ ਬੈਠਾ ਰਿਹਾ ਕਰਾਂ ਤੇ ਵਾਰ ਤੇ ਉੱਡਣਾ ਹੀ ਹੈ ਨਾ ਚਲੋ ਕੋਸ਼ਿਸ਼ ਕਰਾਂਗਾ ਥੋੜਾ ਲੰਮਾ ਰੱਖ ਲੀ ਅੱਗੋ ਮੇਰਾ ਵੀਰ ਅੱਜਾ ਜੀ ਅੱਗੋ ਨਾ ਆਖਿਆ ਗਿਲਜ਼ਾ ਤੇ ਰੋਟੀ ਜਿਹੜੀ 16 ਰੁਪਏ ਦੀ ਕੀਤੀ ਹੈ ਰੋਟੀ ਹੈ ਕਿ ਬੁਰਕੀ ਹੈ ਨਵਾਲਾ ਇਹ ਬੁਰਗੀ ਹੈ ਮੇਰਾ ਵੀਰ ਉਹਨਾਂ ਵਜ਼ਨ ਕਾ ਘੱਟ ਕਰ ਦਿੱਤਾ ਜਦੋਂ ਉਹਨਾਂ ਨੂੰ ਆਟਾ ਨਹੀਂ ਸਸਤਾ ਮਿਲਣ ਡਿਆ ਤੇ ਦੱਸੋ ਉਹ ਰੋਟੀ ਕਿਤੋਂ ਸਸਤੀ ਕਰ ਦੇਣ ਉਹਨਾਂ ਦੇ ਵਾਸਤੇ ਵਿੱਚ ਕਿੱਥੋਂ ਹੈ ਇਹ ਤੇ ਬਾਜੀ ਦੇ ਸਾਰੇ ਕੰਮ ਨੇ ਤੇ ਬਾਜੀ ਨੂੰ ਲੱਗਦਾ ਜਿਵੇਂ ਸਾਰੇ ਬੇਵਕੂਫ ਨੇ ਬਾਜੀ ਵੀ ਉਹਨਾਂ ਨੂੰ ਬੇਵਕੂਫ ਬਣਾ ਸਕਦੀ ਹੈ ਬਹਰਲ ਅੱਜ 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 ਮੇਰੇ ਵੱਲੋਂ ਇੰਨਾ ਹੀ ਤੇ ਹੁਣ ਫੇਰ ਕੁਝ ਦੋਸਤਾਂ ਨੇ ਆਖਣਾ ਵੀ ਅੱਲਾ ਹਾਫਿਜ਼ ਕਹਿ ਕੇ ਤੇ ਭੱਜ ਗਏ ਹੋ ਇਹੀ ਕਰਨਾ ਪੈਣਾ ਹੁਣ ਰੱਬ ਰਾਖਾ